ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖਣ ਹਾਂਜੀ ਸਸਕ੍ਰਾਈਬ ਕਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਜ਼ਾਰ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 87876596625 ਤੁਹਾਡੇ ਕੋਲੇ ਕੋਈ ਵੀ ਖੇਤੀਬਾੜੀ ਵਾਲਾ ਸੰਦ ਜਿਵੇਂ ਕਿ ਟਰੈਕਟਰ ਹਲ ਤਵੀਆਂ ਸੁਭਾਗਾ ਜ਼ਮੀਨ ਪਲਾਟ ਰੋਟਾਵੇਟਰ ਕੰਪਾਈਨ ਵਗੈਰਾ ਟੂੜੀ ਵਾਲਾ ਰੀਪਰ ਕਿਸੇ ਵੀ ਸਜਦਾ ਟਰਾਲਾ ਜਾਂ ਟਰੋਲੀ ਸੇਲ ਵਾਸਤੇ ਹੈ ਉਸ ਦੀ ਐਡ ਆਪਣੇ ਚੈਨ ਟਰੈਕਟਰਸ ਆ ਤੇ ਕਰਵਾਉਣਾ ਚਾਹੁੰਦੇ ਹੋ ਉਸ ਦੀਆਂ 5 ਤੋਂ 6 ਫੋਟੋਆਂ ਮੈਂ ਹਰੇਕ ਸਾਥ ਨੇ ਵੀਰੋਂ 5 ਤੋਂ 6 ਫੋਟੋਆਂ ਅਤੇ ਬਾਕੀ ਬਣਦੀ ਜਾਣਕਾਰੀ ਜਿਵੇਂ ਕਿ ਮਾਡਲ ਟਾਇਰਾਂ ਦੀ ਕੰਡੀਸ਼ਨ ਏਰੀਆ ਰੇਟ ਮੋਬਾਈਲ ਨੰਬਰ ਇਹ ਸਾਰੀ ਜਾਣਕਾਰੀ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਜੀ ਐਡ ਦਾ ਕੋਈ ਵੀ ਰੁਪਿਆ ਨਹੀਂ ਲੱਤੇ ਜਾਊਗਾ ਬਾਕੀ ਜੋ ਵੀ ਸਾਧਨ ਐਡ ਵਾਸਤੇ ਭੇਜਣਾ ਉਸ ਦਾ ਰੇਟ ਸਹੀ ਮਾਰਕੀਟ ਵੈਲਿਊਸ ਹ ਅਨ ਭੇਜਿਆ ਕਰੋ ਤਾਂ ਕਿ ਤੁਹਾਡਾ ਜੋ ਵੀ ਸਾਧਨ ਆਸਾਨੀ ਦੇ ਨਾਲ ਸੇਲ ਹੋ ਜੇ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਐਚ ਐਮ ਟੀ 911 ਟਰੈਕਟਰ ਬਾਰੇ ਐਚ ਐਮ ਟੀ 911 ਟਰੈਕਟਰ ਸੇਲ ਵਾਸਤੇ ਹੈ ਜੀ 1998 ਮਾਡਲ 1998 ਮਾਡਲ ਟਰੈਕਟਰ ਹੈ ਜੀ ਸਾਫ ਕੰਡੀਸ਼ਨ ਦੇ ਵਿੱਚ ਹੈ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ 65y ਕਰਵਾਇਆ ਹੋਇਆ ਮੇਰਾ ਨਹੀਂ ਟਰੈਕਟਰ 65y ਕਰਵਾਇਆ ਹੋਇਆ ਹੈ ਬਾਕੀ ਕੰਡੀਸ਼ਨ ਸਾਰੀ ਸਾਫ਼ ਹੈ ਇੰਜਨ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਟੈਂਕੀ ਤੇ ਜੋ ਮਗਰਾਡ ਨੇ ਉਹ ਪੇਟ ਹੋਏ ਨੇ ਟਰੈਕਟਰ ਦੇ ਇੰਜਨ ਦਾ ਕੰਮ ਬਿਲਕੁਲ ਹੋਇਆ ਨਿਊ ਹੋਇਆ ਇੰਜਨ ਦਾ ਕੰਮ ਗੀਅਰ ਦੀ ਕੰਡੀਸ਼ਨ ਬਿਲਕੁਲ ਓਕੇ ਇੰਜਨ ਗੀਅਰ ਦਾ ਓਕੇ ਹੈ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 50% ਨੇ ਟਰੈਕਟਰ ਦੇ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ 50% ਪੰਜਾਬ ਨੰਬਰ ਟਰੈਕਟਰ ਹੈ ਜੀ ਪੇਪਰ ਮੌਕੇ ਦੇ ਕੰਪਲੀਟ ਮਿਲ ਜਾਣਗੇ ਪੰਜਾਬ ਨੰਬਰ ਹੈ ਪਾਵਰ ਸਟੀਅਰਿੰਗ ਟਰੈਕਟਰ ਹੈ ਔਰ ਇਹ ਮੀ ਸਿਸਟਮ ਲੱਗਾ ਹੋਇਆ ਡੈਕ ਲੱਗਾ ਟਰੈਕਟਰ ਦੇ ਉੱਪਰ ਉਹ ਨਾਲ ਨਹੀਂ ਦੇਣਾ ਵੀਰਾਂ ਨੇ ਜੀ ਕੱਲਾ ਟਰੈਕਟਰ ਸੇਲ ਵਾਸਤੇ ਹੈ ਕੀਮਤ ਦੀ ਗੱਲ ਕਰੀਏ ਟਰੈਕਟਰ ਦੀ ਕੀਮਤ ਰੱਖੀ ਹੈ ਵੀਰਾਂ ਨੇ 310000 ਰੁਪਿਆ ਬਾਕੀ ਵੀਰ ਮੌਕੇ ਦੇ ਘੜ ਕਰ ਲੈਣਗੇ ਜੀ ਵੀਰਾਂ ਦਾ ਏਰੀਆ ਜੋ ਮੋਗਾ ਏਰੀਆ ਵੀਰਾਂ ਦਾ ਮੋਗਾ ਹੀ ਰਿਹਾ ਟਰੈਕਟਰ ਖੜਾ ਹੈ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਨੂੰ ਨੋਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਸਵਰਾਜ 744 FE ਬਾਰੇ ਸਵਰਾਜ 744 FE ਟਰੈਕਟਰ ਸੇਲਬਸ ਤੇ ਹੈ 2016 ਮਾਡਲ 2016 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 65% ਟਰੈਕਟਰ ਦੇ ਟਾਇਰ ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ ਪੰਜਾਬ ਨੰਬਰ ਹੈ ਪੀਵੀ03 ਨੰਬਰ ਹੈ ਟਰੈਕਟਰ ਦਾ ਡਾਕੂਮੈਂਟਸ ਵਗੈਰਾ ਮੌਕੇ ਤੇ ਕੰਪਲੀਟ ਮਿਲ ਜਾਣਗੇ ਸਾਰੇ ਆਲ ਓਰੀਜਨਲ ਟਰੈਕਟਰ ਹੈ ਜੀ ਲੋਨ ਕਲੀਅਰ ਹੈ ਟਰੈਕਟਰ ਦਾ ਆਲ ਓਕੇ ਕੰਡੀਸ਼ਨ ਦੇ ਵਿੱਚ ਹੈ ਪੀਵੀ03 ਨੰਬਰ ਹੈ ਕੋਈ ਲੀਕਿੰਗ ਨਹੀਂ ਕੋਈ ਦਿੱਕਤ ਵਗੈਰਾ ਨਹੀਂ ਔਇਲ ਬ੍ਰੇਕ ਨਹੀਂ ਇਹ ਡਬਲ ਕਲਚ ਟਰੈਕਟਰ ਹੈ ਜੀ ਟਰੈਕਟਰ ਨੂੰ ਖਰੀਦਣ ਸਮੇ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਪੂਰੀ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਕੰਡੀਸ਼ਨ ਵਗੈਰਾ ਅਗਰੇਟਾ ਅਗਰੇਟ ਦੇਖ ਸਕਦੇ ਹੋ ਕੋਈ ਟੁੱਟਪਾ ਜ ਡੈਮੇਜ ਨਹੀਂ ਸਾਫ ਪੂਰੀ ਕੰਡੀਸ਼ਨ ਓਕੇ ਹੈ ਗियर ਬਾਕਸ ਵਗੈਰਾ ਦੀ ਕੰਡੀਸ਼ਨ ਸਕਰੀਨ ਤੇ ਸ਼ੋ ਹੋ ਰਹੀ ਆ ਉਹ ਵੀ ਕੰਡੀਸ਼ਨ ਵਗੈਰਾ ਸਾਰੀ ਚੈੱਕ ਕਰ ਸਕਦੇ ਹੋ ਬਾਕੀ ਦਿੱਕਤ ਕੋਈ ਨਹੀਂ ਟਰੈਕਟਰ ਦੇ ਵਿੱਚ ਪੂਰੀ ਸੰਤੁਸ਼ਟੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਬ੍ਰਾਂਡ ਵੱਲੋਂ ਫੁੱਲ ਗਾਰੰਟੀ ਹੈ ਰੰਗ ਪੇਂਟ ਸਾਰਾ Ориਜਨਲ ਹੈ ਟੋਟਲੀ Ориਜਨਲ ਹੈ ਔਰ ਸਾਰਾ ਟਰੈਕਟਰ Ориਜਨਲ ਕੰਡੀਸ਼ਨ ਚ ਸਿੰਪਲ ਅਸਟਰੀਅਨ ਦੇ ਨਾਲ ਡਬਲ ਕਲਚ ਟਰੈਕਟਰ ਹੈ ਜੀ ਕੀਮਤ ਦੀ ਗੱਲ ਕਰੀਏ 390000 ਰੁਪਏ ਡਿਮਾਂਡ ਰੱਖਿਆ ਵੀਰਾਂ ਟਰੈਕਟਰ ਦੀ ਵੀਰਾਂ ਦਾ ਏਰੀਆ ਮੁਕਸਰ ਵੀਰਾਂ ਦਾ ਕੰਟੈਕਟ ਨੰਬਰ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਸੁਣੋਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਹਾਂਜੀ ਵੀਰੋ ਜੋ ਵੀਰਾਂ ਨੇ ਹਲ ਤੱਕ ਆਪਣੀ ਵੀਡੀਓ ਨਹੀਂ ਸ਼ੇਅਰ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਵੀਰ ਆਪਣੇ ਚੈਨਲ ਟਰੈਕਟਰ ਯਾਰ ਦੇ ਨਾਲ ਜੁੜ ਸਕਣ ਤੇ ਨਵੇਂ-ਨਵੇਂ ਚੀਜ਼ ਤੁਹਾਡੇ ਲਈ ਆਟਦਾ ਗਿਆ ਸਕੀਏ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰੋ ਨਵੇਂ ਪੁਰਾਣੇ ਸਾਰੇ ਵੀਰਾਂ ਤੱਕ ਸ਼ੇਅਰ ਕਰ ਦਿਆ ਕਰੋ ਜੀ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆਂ ਮਹਿੰਦਰਾ 575 ਡੀਆਈ ਟਰੈਕਟਰ ਮਹਿੰਦਰਾ 575 ਡੀਆਈ ਟਰੈਕਟਰ ਸੇਲ ਆਬਸ ਤੇ ਹੈ ਜੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ 2000 ਮਾਡਲ ਦਾ ਟਰੈਕਟਰ ਟਰੈਕਟਰ ਦੇ ਅਗਲੇ ਅਗਲੀ ਜੋੜੀ ਬਿਲਕੁਲ ਨਵੀਂ ਹੈ ਜੀ ਬੈਕ ਟਾਇਰ ਨੇ ਜੋ 50% ਨੇ ਅੱਧੇ ਟਾਇਰ ਨੇ ਨਾਲ ਦੇ ਟਾਇਰ ਯੂ ਕੰਪਲੀਟਡ ਆਏ ਨੇ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਟੋਟਲੀ origignal ਟਰੈਕਟਰ ਹੈ ਜੀ ਰੰਗ ਪੇਂਟ ਸਭ ਨਾਲ ਦਾ ਬਿਲਕੁਲ ਸਾਫ ਜਿਹੜੇ ਕੰਡੀਸ਼ਨ ਦੇ ਵਿੱਚ ਹੈ ਕੋਈ ਪੇਂਟ ਵਗੈਰਾ ਨਹੀਂ ਹੋਇਆ ਦੁਬਾਰਾ ਟੋਟਲੀ origignal ਟਰੈਕਟਰ ਹੈ ਬਹੁਤ ਘੱਟ ਚੱਲਿਆ ਹੋਇਆ ਸਮਾਈ ਦੇ ਵਿੱਚ ਟਰੈਕਟਰ ਹੈ ਜੀ ਬੈਟਰੀ ਬਿਲਕੁਲ ਨਵੀਂ ਹੈ origignal ਚੱਲਿਆ ਹੋਇਆ ਜੋ ਵੀ ਜਿੰਨਾ ਚੱਲਿਆ ਟਰੈਕਟਰ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਜੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਡਬਲ ਕਲਚ ਟਰੈਕਟਰ ਸਿੰਪਲ ਟਰੈਕਟਰ ਹੈ ਕੋਈ ਮੋਡੀਫਿਕੇਸ਼ਨ ਨਹੀਂ ਟਰੈਕਟਰ ਦੇ ਵਿੱਚ 2000 ਮਾਡਲ ਹੈ ਜੀ ਮਾਲਕ ਜੀ ਦੇ ਕੋਲ ਚੱਲਿਆ ਹੋਇਆ ਟਰੈਕਟਰ ਦਿੱਕਤ ਕਿਸੇ ਪ੍ਰਕਾਰ ਦੀ ਕੋਈ ਨਹੀਂ ਔਰ ਬਾਕੀ ਮੌਕੇ ਤੇ ਖਰੀਦਣ ਸਮੇਂ ਚਲਾ ਕੇ ਚੈੱਕ ਕਰਕੇ ਪੂਰੀ ਫੋਲੋ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੇ ਮਾਲਕ ਵੱਲੋਂ ਫੋਲੋ ਗਾਰੰਟੀ ਦਿੱਤੀ ਗਈ ਹੈ ਰੰਗ ਰੌਣਕ ਪੇਟ ਸਭ ਕੁਝ ਓਕੇ ਹੈ ਬਾਕੀ ਵੀਰੋ ਟਰੈਕਟਰ ਦੀ ਕੀਮਤ ਦੀ ਜੇਕਰ ਆਪਾਂ ਗੱਲ ਕਰੀਏ ਵੀਰਾਂ ਵੱਲੋਂ ਕੀਮਤ ਰੱਖੀ ਗਈ ਹੈ 235000 ਰੁਪਇਆ 235000 ਰੁਪਇਆ ਡਿਮਾਂਡ ਹੈ ਵੀਰਾਂ ਦੀ ਔਰ ਵੀਰਾਂ ਦਾ ਏਰੀਆ ਜੋ ਭਗਤਾ ਭਾਈ ਏਰੀਆ ਵੀਰਾਂ ਦਾ ਭਗਤਾ ਭਾਈ ਏਰੀਆ ਦੇ ਵਿੱਚ ਇਹ ਟਰੈਕਟਰ ਖੜਾ ਹੈ ਵੀਰਾਂ ਕੋਲੇ ਔਰ ਜੋ ਬਾਕੀ ਵੀਰਾਂ ਦਾ ਮੋਬਾਈਲ ਨੰਬਰ ਹੈ ਉਹ ਐਸਐਮਐਸ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਸਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਹੋਰ ਵੀਰ ਨੂੰ ਜਾਣਕਾਰੀ ਲੈਣੀ ਹੈ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ हां जी ਵੀਰੋ ਹੁਣ ਆਪਾਂ ਗੱਲ ਕਰਦੇ ਆ ਸੋਨ ਲੀਕਾ 35 ਬਾਰੇ ਸੋਨ ਲੀਕਾ ਡੀਆਈ 35 ਬਾਰੇ ਇਹ ਟਰੈਕਟਰ ਵੀਰੋ 2007 ਮਾਡਲ ਹੈ ਜੀ 2007 ਮਾਡਲ ਹੈ ਡਬਲ ਕਲਚ ਹੈ ਪੀਟੀਓ 540 ਚੱਕਰ ਬੀਡੀਓ ਆ ਟਰੈਕਟਰ ਦੀ ਕੰਡੀਸ਼ਨ ਸਾਰੀ ਬਿਲਕੁਲ ਟੌਪ ਦੀ ਹੈ ਕੰਡੀਸ਼ਨ ਸਾਰੀ ਬਿਲਕੁਲ ਓਕੇ ਹੈ ਜੀ ਰੰਗ ਪੇਂਟ ਸਭ ਕੁਝ ਸਾਫ਼ ਸੁਥਰਾ ਰੰਗ ਪੇਂਟ ਹੈ ਨਾਲ ਦਾ ਰੰਗ ਪੇਂਟ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਬਾਕੀ ਸਿੰਪਲ ਟਰੈਕਟਰ ਹੈ ਜੀ ਕੋਈ ਮੋਡੀਫਿਕੇਸ਼ਨ ਨਹੀਂ ਸਿੰਪਲ ਟਰੈਕਟਰ ਹੈ ਸਿੰਪਲ ਸਟੀering ਦੇ ਨਾਲ ਹੈ ਔਰ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 80 85% ਟਾਇਰ ਨੇ ਟਰੈਕਟਰ ਦੇ ਸਾਫ਼ ਵਧੀਆ ਵੇਦਾ ਟਾਇਰ ਨੇ ਰੰਗ ਪੇਂਟ ਸਾਰਾ ਨਾਲ ਦਾ ਜੀ ਔਰ ਬਾਕੀ ਇੰਜਨ ਗੀਅਰ ਦਾ ਟਰੈਕਟਰ ਓਕੇ ਹੈ ਫੋਟੋਮਾਂ ਸਕਰੀਨ ਤੇ ਸ਼ੋ ਹੋ ਰਿਹਾ ਨੇ ਇੰਜਨ ਵਗੈਰੇ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਰੰਗ ਪੇਂਟ ਸਭ ਕੁਝ ਓਕੇ ਕੰਡੀਸ਼ਨ ਚ ਹੈ ਸ਼ੋ ਵਗੈਰੇ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ 540 ਚੱਕਰ ਪੀਟੀਓ ਟਰੈਕਟਰ ਹੈ ਟਾਇਰ ਵਗੈਰਾ 80-85% ਨੇ ਰੰਗ ਪੇਂਟ ਸਾਫ ਪਿਆ ਬੋਕੇ ਦੇ ਖਰੀਦਣ ਸਮੇਂ ਟਰੈਕਟਰ ਨੂੰ ਬਾਹ ਕੇ ਚਲਾ ਕੇ ਚੈੱਕ ਕਰਕੇ ਪੂਰੀ ਫੋਲ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਟਰੈਕਟਰ ਦੀ ਕੀਮਤ ਦੀ ਗੱਲ ਕਰੀਏ 3,25,000 ਰੁਪਏ ਡਿਮਾਂਡ ਰੱਖੀ ਗਈ ਹੈ ਬਰਾਵਾ ਲੋ 3,25,000 ਬਰਾ ਦਾ ਏਰੀਆ ਯੂ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਤਲਵੰਡੀ ਸਾਬੋ ਦੇ ਕੋਲ ਸ਼ੇਖਪੁਰਾ ਏਰੀਆ ਬਰਾ ਦਾ ਸ਼ੇਖਪੁਰਾ ਏਰੀਆ ਬਰਾ ਦਾ ਔਰ ਬਾਕੀ ਜੋ ਬਰਨ ਦਾ ਮੋਬਾਈਲ ਨੰਬਰ ਹੈ ਉਹ ਹੈ ਸਮੇਂ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਇਸ ਨੂੰ ਨੋਟ ਕਰਕੇ ਬਰਨ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕਿਸੇ ਵੀਰ ਨੂੰ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਇਸ ਨੰਬਰ ਤੇ ਕੰਟੈਕਟ ਕਰਕੇ ਬਰਨ ਤੋਂ ਬਾਕੀ ਜਾਣਕਾਰੀ ਲੈ ਸਕਦਾ ਹੈ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ 2005 ਮਾਡਲ ਗੱਡੀ ਬਾਰੇ 2005 ਮਾਡਲ ਪੈਟਰੋਲ ਵਰਜਨ BX i Swift ਗੱਡੀ ਹੈ ਪਾਵਰ ਵਿੰਡੋ ਹੈ ਜੀ ਪਾਵਰ ਸਟੀਅਰਿੰਗ ਦੇ ਵਿੱਚ ਹੈ ਗੱਡੀ ਇਹ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਫੁੱਲ ਗਾਰੰਟੀ ਹੈ ਗੱਡੀ ਦੀ ਏਸੀ ਹੀਟਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਲਾਇਵ ਵੀ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 50% ਟਾਇਰ ਨੇ ਸਾਫ਼ ਵਧੀਆ ਬੇਦਗ ਟਾਇਰ ਨੇ ਜੀ ਬਿਲਕੁਲ A1 ਕੰਡੀਸ਼ਨ ਦੇ ਵਿੱਚ ਹੈ ਟਾਇਰ ਸੈਂਟਰ ਲੋਕ ਗੱਡੀ ਹੈ ਜੀ ਬਿਲਕੁਲ ਵਧੀਆ ਕੰਡੀਸ਼ਨ ਚੱਲਦੀ ਹੈ ਮੌਕੇ ਤੇ ਖਰੀਦਣ ਤੋਂ ਸਮੇਂ ਚ ਲਾ ਕੇ ਟੈਸਟ ਡਰਾਈਵ ਲੈ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇੰਟੀਰੀਅਰ ਸੀਟ ਕਵਰ ਮੈਟਿੰਗ ਵੈਰਾ ਸਾਰਾ ਓਕੇ ਹੈ ਲਾਇਵ ਵੀ ਲੱਗੇ ਹੋਏ ਨੇ ਜੀ ਬਿਲਕੁਲ ਸਾਫ਼ ਕੰਡੀਸ਼ਨ ਚ ਹਰਿਆਣਾ ਨੰਬਰ ਹੈ ਡਾਕੂਮੈਂਟਸ ਵਗੈਰਾ ਮੌਕੇ ਤੇ ਕੰਪਲੀਟ ਮਿਲ ਜਾਣਗੇ ਏਸੀ ਹੀਟਰ ਦੀ ਕੰਡੀਸ਼ਨ ਓਕੇ ਹੈ ਸੈਂਟਰ ਲੋਕ ਹੈ ਪਾਵਰ ਸਟੀਅਰਿੰਗ ਹੈ ਪਾਵਰ ਵਿੰਡੋ ਹੈ ਪੈਟਰੋਲ ਵਰਜਨ ਹੈ ਸਵਿਫਟ ਬੀਐਕਐਸਆਈ ਮਾਡਲ ਹੈ ਜੀ ਵਿੰਡੋ ਵਗੈਰਾ ਦੇਖ ਸਕਦੇ ਹੋ ਸੈਂਟਰ ਲੋਕ ਨੇਗੀਆਂ ਬਾਕੀ ਕੰਡੀਸ਼ਨ ਸਾਰੀ ਬਿਲਕੁਲ ਓਕੇ ਜੀ ਦਿੱਕਤ ਕਿਸੇ ਪ੍ਰਕਾਰ ਦੀ ਕੋਈ ਨਹੀਂ ਗੱਡੀ ਦੇ ਵਿੱਚ ਮੌਕੇ ਤੇ ਖਰੀਦਣ ਸਮੇ ਗੱਡੀ ਨੂੰ ਚਲਾ ਕੇ ਟੈਸਟ ਡਰਾਈਵ ਲੈ ਕੇ ਚੈੱਕ ਕਰਕੇ ਪੂਰੀ ਸੰਤੁਸ਼ਟੀ ਕਰਕੇ ਖਰੀਦ ਸਕਦੇ ਹੋ ਗੱਡੀ ਦੇ ਮਾਲਕ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਹੈ ਕੋਈ ਦਿੱਕਤ ਵਗੈਰਾ ਨਹੀਂ ਆਊ ਗੱਡੀ ਦੇ ਵਿੱਚ ਕੀਮਤ ਦੀ ਗੱਲ ਕਰੀਏ 95000 ਰੁਪਿਆ ਵਿਰਾਂ ਵੱਲੋਂ ਕੀਮਤ ਰੱਖੀ ਗਈ ਗੱਡੀ ਦੀ 95000 ਰੁਪਿਆ ਲੋਕੇਸ਼ਨ ਏਰੀਆ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਏਰੀਆ ਦੇ ਵਿੱਚ ਇਹ ਗੱਡੀ ਖੜੀ ਹੈ ਵਿਰਾਂ ਕੋਲੇ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਵਿਰਾਂ ਦਾ ਮੋਬਾਈਲ ਨੰਬਰ ਜੋ ਉਹ ਐਸਐਮਐਸ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਇਸ ਨੂੰ نوٹ ਕਰਕੇ ਵਿਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਗੱਡੀ ਨੂੰ ਖਰੀਦ ਸਕਦੇ ਹੋ ਗੱਡੀ ਸੰਬੰਧੀ ਕਿਸੇ ਵੀਰ ਨੂੰ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਵਿਰਾਂ ਤੋਂ ਬਾਕੀ ਜਾਣਕਾਰੀ ਮਰਾ ਵੀਰ ਪ੍ਰਾਪਤ ਕਰ ਸਕਦਾ ਜਿੱਦੇ ਕੋਈ ਨਹੀਂ ਸਾਫ हां जी भईरो ਹੁਣ ਆਪਾਂ ਗੱਲ ਕਰਦੇ ਆ 1.18 ਫੁੱਟੀ ਟਰਾਲੀ ਬਾਰੇ 1.18 ਫੁੱਟ ਲੰਬਾਈ ਦੇ ਵਿੱਚ ਆ ਟਰਾਲੀ ਇਹ 7 ਫੁੱਟ ਚੜਾਈ ਦੇ ਵਿੱਚ ਆ ਸਾਫ ਬਿਲਕੁਲ ਕੰਡੀਸ਼ਨ ਓਕੇ ਐ ਰੇਲ ਦਾ ਹਿੱਸਾ ਲੱਗਿਆ ਹੋਇਆ 10 ਨਟਾ ਹਿੱਸਾ ਲੱਗਿਆ ਹੋਇਆ ਜੀ 10 ਇੰਚੀ ਚਾਸੀ ਲੱਗੀ ਹੋਈ ਹੈ ਟਰਾਲੀ ਨੂੰ 2 ਫੁੱਟ ਵਾਡੀ ਐ ਔਰ 2.5 ਫੁੱਟ ਦਾ ਬਿੱਡ ਲੱਗਿਆ ਹੋਇਆ ਮਜ਼ਬੂਤ ਹੈਵੀ ਬਿੱਡ ਲੱਗਿਆ ਹੋਇਆ ਫੁੱਟ ਦੀ ਉੱਪਰ ਝੋਪੜੀ ਵਾਲੀ ਪੈਪ ਲੱਗੀ ਹੋਈ ਹੈ ਟਰਾਲੀ ਦੇ ਜੀ ਚਾਰੋਂ ਤਰਫ ਤੇ LED ਲਾਈਟ ਲੱਗੀਆਂ ਹੋਈਆਂ ਨੇ ਕੈਂਚੀਆਂ ਬੀਲਸ ਤੇ ਗਿਣਤੀਆਂ ਲੱਗੀਆਂ ਹੋਈਆਂ ਨੇ ਗਿਆ ਪਾਣੀ ਵਾਲੀ ਟੈਂਕੀ ਐਲਈਡੀ ਲਾਈਟਸ ਸਾਰੇ ਤਰਫ ਤੇ ਔਰ ਬਾਕੀ ਵੱਡਾ ਘਾਟਾ ਲੱਗਿਆ ਹੋਇਆ ਜੀ ਚਾਰ ਡਬਲ ਬੱਤੇ ਲੱਗੇ ਹੋਏ ਨੇ ਨਾਲ ਮੰਜੇ ਦੀ ਸਵਧਾ ਔਰ ਪਿੱਛੇ ਇਕੱਠਾ ਕਰਨ ਵਾਲਾ ਸਿਸਟਮ ਔਰ ਅੱਗੇ ਰਸਾ ਟਾਈਟ ਕਰਨ ਵਾਲਾ ਸਿਸਟਮ ਲੱਗਿਆ ਹੋਇਆ ਬਿਲਕੁਲ ਸਾਫ਼ ਕੰਡੀਸ਼ਨ ਨੇ ਟਾਇਰ ਵਗੈਰਾ ਕੰਡੀਸ਼ਨ ਬਿਲਕੁਲ ਓਕੇ ਆ ਪੂਰੀ ਵਧੀਆ ਮਜ਼ਬੂਤ ਹੈਵੀ ਟਰਾਲੀ ਐ ਕੀਮਤ ਦੀ ਗੱਲ ਕਰੀਏ ਬਰਾਬਰੋਂ ਕੀਮਤ ਰੱਖੀ ਗਈ ਹੈ 285000 ਰੁਪਿਆ ਏਰੀਆ ਵੀਰਾਂ ਦਾ ਹੁਸ਼ਿਆਰ ਪਰ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਇਸ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਟਰਾਲੀ ਨੂੰ ਖਰੀਦ ਸਕਦੇ ਹੋ ਲਾਈ ਵੀ ਲੱਗੇ ਹੋਏ ਨੇ ਫੁੱਲ ਮੋਡੀਫਿਕੇਸ਼ਨ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ 1.58 ਫੁੱਟ ਟਰਾਲੀ ਹੈ ਮਜ਼ਬੂਤ ਹੈਵੀ ਟਰਾਲੀ ਹੈ ਹਰ ਇੱਕ ਪ੍ਰਕਾਰ ਦੀ ਸਹੂਲਤ ਹੈ ਦਿੱਕਤ ਕਿਸੇ ਪ੍ਰਕਾਰ ਦੀ ਕੋਈ ਨਹੀਂ ਜੀ ਬਿਲਕੁਲ ਸਾਫ਼ ਕੰਡੀਸ਼ਨ ਦੀ ਟਰਾਲੀ ਹੈ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ ਜੋ ਮੇਰੇ ਵੀਰਾਂ ਨੇ ਹਾਲ ਤੱਕ ਆਪਣੇ ਚੈਨਲ ਨੂੰ ਟਰੈਕਟਰ ਜਾਂ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੇਖਦੇ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਪਣੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਬਾਕੀ ਜੇਕਰ ਵੀਡੀਓ ਨੂੰ ਹਾਲ ਤੱਕ ਸ਼ੇਅਰ ਨਹੀਂ ਕੀਤਾ ਤਾਂ ਵੇਖਦੇ ਵੀਡੀਓ ਨੂੰ ਚਲਤੀ ਅਜ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਬਹੁਤੋਆ ਵੀਰ ਆਪਣੇ ਚਾਰੇ ਟਰੈਕਟਰ ਯਾਰ ਜੁੜ ਸਕਣ ਤੇ ਨਵੇਂ-ਨਵੇਂ ਜਿਹੜਾ ਤੁਹਾਡੇ ਲਈ ਹੱਟ ਲੈ ਕੇ ਆ ਸਕੀ ਆ ਸਕੀਏ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਚੰਗਾ ਜਿਹਾ ਕਮੈਂਟ ਲਾਈਕ ਦਾ ਬਟਨ ਜ਼ਰੂਰ ਛੱਡ ਜਾਈਓ ਔਰ ਜੁੜੇ ਰਹੋ ਇਸ ਤ